ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਖ਼ਤੀ ਨਾਲ ਕਾਰਵਾਈ ਕਰਦੇ ਹੋਏ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਣ ਦੇ ਲਈ ਸਾਨੂੰ ਸਖ਼ਤੀ ਵਰਤਣੀ ਪਵੇਗੀ, ਕਿਉਂਕਿ ਬਾਹਰ ਦੇਸ਼ ਵਿਦੇਸ਼ਾਂ ਤੋਂ ਲੋਕ ਅਤੇ ਪੰਜਾਬ ਦੇ ਕੁਝ ਲੋਕ ਮੁੰਡੇ ਸ੍ਰੀ ਹਰਿਮੰਦਰ ਸਾਹਿਬ 'ਚ ਟਿਕ ਟਾਕ ਬਣਾ ਕੇ ਗੁਰੂ ਸਾਹਿਬ ਦੀ ਮਰਿਆਦਾ ਨੂੰ ਭੰਗ ਕਰਦੇ ਨੇ। ਇਸ ਦੇ ਚੱਲਦਿਆਂ ਸ੍ਰੀ ਹਰਿਮੰਦਰ ਸਾਹਿਬ 'ਚ ਇਸ ਸਖ਼ਤੀ ਨਾਲ ਰੋਕ ਲਗਾਈ ਜਾਵੇਗੀ। ਸ੍ਰੀ ਹਰਿਮੰਦਰ ਸਾਹਿਬ 'ਚ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਤਰਫ ਤੋਂ ਜੋ ਵੀ ਫੈਸਲਾ ਲਿਆ ਗਿਆ ਹੈ ਉਹ ਬਿਲਕੁਲ ਸਹੀ ਹੈ। ਜੋ ਲੋਕ ਬਾਹਰੋਂ ਆ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਟਿਕ ਟਾਕ ਬਣਾ ਕੇ ਗੁਰੂ ਦੀ ਮਰਿਆਦਾ ਨੂੰ ਭੰਗ ਕਰਦੇ ਹਨ, ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਸੀਂ ਚਾਹੁੰਦੇ ਹਾਂ ਕਿ ਸਿੱਖ ਸੰਗਤਾਂ ਜਿਹੜੀਆਂ ਬਿਨਾਂ ਕਿਸੇ ਪਰੇਸ਼ਾਨੀ ਤੋਂ ਖੁੱਲ੍ਹੇਆਮ ਗੈਰ ਸਿੱਖ ਸਿੱਖ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ, ਇਹਦੇ ਵਾਸਤੇ ਜਿਹੜਾ ਅਸੀਂ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਕੋਈ ਪਾਬੰਦੀ ਲਾਉਣ ਦੇ ਹੱਕ 'ਚ ਨਹੀਂ, ਪਰ ਜਿਸ ਤਰ੍ਹਾਂ ਦੀਆਂ ਘਟਨਾਵਾਂ ਆ ਰਹੀਆਂ ਟਿਕਟੋਕ 'ਤੇ, ਤਾਂ ਮੈਨੂੰ ਲੱਗਦਾ ਕਿ ਭਵਿੱਖ ਦੇ ਵਿੱਚ ਮੋਬਾਈਲ ਅੰਦਰ ਜਾਣ 'ਤੇ ਪਾਬੰਦੀ ਲਾਉਣ ਬਾਰੇ ਸੋਚਣਾ ਪਏਗਾ। ਦੇਖੋ, ਸੇਵਾਦਾਰ ਜਿਹੜੇ ਇੱਡੀ ਲੰਬੀ ਪਰਿਕਰਮਾ ਹੈਗੀ ਹੈ, ਪਤਾ ਲੱਗਿਆ ਕਿ ਸੇਵਾਦਾਰਾਂ ਦੇ ਕਈ ਲੋਕ ਜਿਹੜੇ ਹੈ ਸਿੱਖ ਸੰਗਤ ਜਿਹੜੀ ਆਈ ਹੈ ਜੋ ਫੋਟੋ ਵੀ ਖਿੱਚਦੇ ਅਤੇ ਉਹਨੂੰ ਉਹ ਰੋਕਦੇ ਹੈ ਕਿ ਅਤੇ ਉਹਦੇ ਗਲ ਪੈਣ ਤੱਕ ਵੀ ਜਾਂਦੇ, ਅਤੇ ਸਾਨੂੰ ਵੀ ਆਪ ਜਿਹੜਾ ਇਸ ਪੱਖੋਂ ਗੁਰੇਜ਼ਗਾਰੀ ਕਰਨੀ ਚਾਹੀਦੀ ਹੈ। ਸੇਵਾਦਾਰ ਲੱਗੇ ਹੋਏ ਨੇ, ਸੇਵਾਦਾਰ ਸਮਝਾਉਂਦੇ ਵੀ ਨੇ, ਅਤੇ ਕਈ ਸਿੱਖ ਜਿਹੜੇ ਹੈ ਉਹ ਜਾਂ ਗੈਰ ਸਿੱਖ ਜਿਹੜੇ ਉਹ ਖੈਪੜਦੇ ਵੀ ਨੇ ਸੇਵਾਦਾਰਾਂ ਨਾਲ, ਇਹ ਬੜੀ ਵੱਡੀ ਸਮੱਸਿਆ ਹੈ। ਅਤੇ ਜੇ ਇਸ ਤਰ੍ਹਾਂ ਕੰਮ ਨਾ ਰੋਕਿਆ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਖਿਆਲ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੋਬਾਈਲ ਖਾਸ ਤੌਰ 'ਤੇ ਨੌਜਵਾਨਾਂ ਦੇ ਮੋਬਾਈਲ ਅੰਦਰ ਜਾਣ 'ਤੇ ਰੋਕ ਲਾਉਣ ਬਾਰੇ ਸੋਚਣਾ ਪਏਗਾ। ਸਿੰਘ ਸਾਹਿਬ ਇੱਕ ਗੁਰਦਾਇਰ ਹੈ ਜੀ, ਅੱਜ ਮੇਰਾ ਨਾਮ ਪ੍ਰੋਫੈਸਰ ਹਰਜਿੰਦਰ ਸਿੰਘ, ਆਈ ਐਮ ਫਰੋਮ ਚੰਡੀਗੜ੍ਹ। ਸਰ ਜੀ, ਇੱਕ ਟਿਕਟੋਕ ਐਸੀ ਵੀ ਸੂਚੀ ਹੈ, ਲੋਕ ਅੰਦਰ ਆਣ ਕੇ ਵੀਡੀਓ ਪਾਉਂਦੇ ਨੇ, ਕੀ ਕਹਿਣਾ ਚਾਹੁੰਦੇ? ਅਸੀਂ ਇਹਦੇ ਵਿੱਚ ਬਿਲਕੁਲ ਵਰਖਲਾਫ ਹੈ ਜੀ, ਕੋਈ ਵੀ ਇਸ ਤਰ੍ਹਾਂ ਦਾ, ਕਿਉਂਕਿ ਧਾਰਮਿਕ ਸਥਾਨ ਹੈ, ਇਸ ਕਰਕੇ ਕੋਈ ਵੀ ਇਸ ਤਰ੍ਹਾਂ ਦੀ ਵੀਡੀਓ ਜਿਹੜੀ ਨਹੀਂ ਪਾਉਣੀ ਚਾਹੀਦੀ, ਔਰ ਨਾ ਹੀ ਜਿਹੜੇ ਲੋਕ ਬਣਾਉਂਦੇ ਆ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਧਾਰਮਿਕ ਸਥਾਨ 'ਤੇ ਆਏ ਹਾਂ, ਧਾਰਮਿਕ ਗੱਲਾਂ ਹੀ ਕਰਨੀਆਂ ਚਾਹੀਦੀਆਂ, ਔਰ ਧਾਰਮਿਕ ਭਾਵਨਾ ਦੇ ਨਾਲ ਹੀ ਜੋ ਕੰਮ ਹੈ ਉਹ। ਐਸ ਸੀ ਪੀ ਸੀ ਨੇ ਇੱਕ ਫੈਸਲਾ ਲਿੱਤਾ ਕਿ ਅੰਦਰ ਫੋਨ ਬੰਦ ਹੋਣੇ ਚਾਹੀਦੇ, ਤੁਹਾਡਾ ਇਹ 'ਚ ਕੀ ਕਹਿਣਾ? ਨਹੀਂ, ਬਿਲਕੁਲ ਸਹੀ ਗੱਲ ਹੈ, ਤੁਸੀਂ ਹੋਰ ਕੈਮਰੇ ਹੈਗੇ ਆ, ਕਿਉਂਕਿ ਉਹ ਟਿਕਟੋਕ ਇਹਦੇ ਵਿੱਚ ਹੀ ਹੈ ਜ਼ਿਆਦਾ, ਇੱਕ ਨੋਰਮਲ ਕੈਮਰੇ ਉਹਦੇ ਨਾਲ ਫੋਟੋ ਖਿੱਚੀ ਜਾ ਸਕਦੀ ਆ, ਜੋ ਇੱਕ ਜ਼ਿਆਦਾ ਇਸ ਵਾਸਤੇ ਲੋਕ ਲੈ ਕੇ ਆਉਂਦੇ ਆ, ਕੋਈ ਕੋਈ ਉਹਦੇ ਵਿੱਚ ਹਰਜ ਨਹੀਂ ਹੈ। ਜੇ ਪ੍ਰਬੰਧਕ ਕਮੇਟੀ ਟਿਕਟੋਕ ਬੰਦ ਕਰਦੀ ਆ ਇਹਦੇ ਵਿੱਚ, ਬਹੁਤ ਅੱਛੀ ਗੱਲ ਹੈ। ਸਰ, ਇਹ ਬਿਲਕੁਲ ਗਲਤ ਹੈ, ਕਦੇ ਵੀ ਇੱਥੇ ਧਾਰਮਿਕ ਥਾਂ 'ਤੇ ਆਪਾਂ ਮੱਥਾ ਟੇਕਣ ਆਉਂਦੇ ਹਾਂ, ਠੀਕ ਹੈ, ਇਹ ਕਰਨਾ ਬਿਲਕੁਲ ਗਲਤ ਹੈ। ਇੱਥੇ ਆਪਣਾ ਸ਼ਰਧਾ ਨਾਲ ਆਓ ਅਤੇ ਸਾਡੇ ਨਾਲ ਮੱਥਾ ਟੇਕੋ। ਸ਼੍ਰੋਮਣੀ ਅਕਾਲੀ ਦਲ ਨੂੰ ਅਤੇ ਸ਼੍ਰੋਮਣੀ ਕਮੇਟੀ ਨੂੰ ਇਸ ਚੀਜ਼ ਬਾਰੇ ਆਪਣਾ ਉਹਨੂੰ ਪੂਰੀ ਗੌਰ ਕਰਨੀ ਚਾਹੀਦੀ ਵੀ ਜੋ ਵੀ ਇੱਥੇ ਟਿਕਟੋਕ ਬਣਾਉਂਦੇ ਆ ਉਹਨਾਂ ਨੂੰ ਇਹ ਬਿਲਕੁਲ ਨਹੀਂ ਕਰਨਾ ਚਾਹੀਦਾ, ਉਹਨਾਂ 'ਤੇ ਚੰਗੀ ਤਰ੍ਹਾਂ ਪਾਬੰਦੀ ਲਾਉਣੀ ਚਾਹੀਦੀ। ਪਹਿਲਾਂ ਲੋਕ ਟਿਕਟੋਕ 'ਤੇ ਵੀਡੀਓ ਪਾ ਕੇ ਮੁੜ ਕੇ ਟਵਿੱਟਰ ਕਰਕੇ ਮਾਫ਼ੀ ਮੰਗ ਲੈਂਦੇ ਨੇ, ਇਹਦੇ ਬਾਰੇ ਤੁਹਾਡਾ ਕੀ? ਦੇਖੋ ਜੀ, ਉਹ ਤਾਂ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ, ਮਾਫ਼ੀ ਮੰਗਣਾ ਤਾਂ ਕੋਈ ਗਲਤ ਗੱਲ, ਉਹਨਾਂ ਨੂੰ ਆਪ ਹੀ ਚਾਹੀਦਾ, ਆਪ ਹੀ ਸੋਚਣਾ ਚਾਹੀਦਾ ਲੋਕਾਂ ਨੂੰ ਕਿ ਧਾਰਮਿਕ ਸਥਾਨ 'ਤੇ ਆ ਕੇ ਤੁਸੀਂ ਕੀ ਬਣਾਉਂਦੇ ਹੋ, ਕਿਉਂ ਕਰਦੇ ਹਾਂ ਅਤੇ ਗਲਤ ਗੱਲ। ਠੀਕ ਹੈ, ਧੰਨਵਾਦ। ਕਹਾਂ ਸਾਹਿਬ? ਦਿੱਲੀ ਸੇ। ਇਹ ਟਿਕਟੋਕ ਐਸੀ ਮਸ਼ਹੂਰ ਚੀਜ਼ ਹੈ, ਲੋਕ ਅੰਦਰ ਆ ਕੇ ਧਾਰਮਿਕ ਜਗ੍ਹਾ 'ਤੇ ਬਣਾਉਂਦੇ, ਕਿਆ ਕਹਿਣਾ ਚਾਹਤੇ ਹੋ? ਅਗਰ ਟਿਕਟੋਕ ਯਹਾਂ ਧਾਰਮਿਕ ਜਗ੍ਹਾ ਪਰ ਬਣਾਤੇ ਤੋ ਇਸਸੇ ਅੱਛਾ ਹੈ ਕਿ ਐਸੀ ਜਗ੍ਹਾ ਪਰ ਬਣਾਏ ਜਹਾਂ ਪੇ ਕਿਸੀ ਕੀ ਆਸਥਾ ਨਾ ਜੁੜੀ ਹੋ, ਕਿਉਂਕਿ ਯਹਾਂ ਪੇ ਆ ਕੇ ਇੱਕ ਤਰ੍ਹਾਂ ਸੇ ਆਪਣਾ ਬਚਪਨਾ ਦਿਖਾਉਣਾ ਸਹੀ ਨਹੀਂ ਹੈ। ਔਰ ਐਸੀ ਚੀਜ਼ ਹੈ, ਅਗਰ ਹਮ ਬਾਹਰ ਕਰੇ ਮੰਦਿਰ ਔਰ ਮਸਜਿਦ ਜਾਂ ਫਿਰ ਗੁਰਦੁਆਰਾ ਕੋ ਛੋੜ ਦੇ ਤੋ ਵੋ ਜ਼ਿਆਦਾ ਅੱਛਾ ਹੈ, ਕਿਉਂਕਿ ਯਹਾਂ ਸੇ ਲੋਕੋ ਕੀ ਧਾਰਮਿਕ ਭਾਵਨਾਏ ਜੁੜੀ ਹੋਈ ਹੈ, ਜੋ ਕਿ ਕਿਸੀ ਕਿਸੀ ਕੋ ਐਸਾ ਮਤਲਬ ਕਿਸੀ ਕੀ ਧਾਰਮਿਕ ਭਾਵਨਾਓ ਕੋ ਠੇਸ ਵੀ ਪਹੁੰਚ ਸਕਤੀ ਹੈ, ਕਿਉਂਕਿ ਯਹਾਂ ਪਰ ਵੋ ਆਪਣੇ ਮਜ਼ੇ ਕੇ ਲਈ ਮਨੋਰੰਜਨ ਕੇ ਲਈ ਇਹ ਸਭ ਚੀਜ਼ ਕਰਤੇ ਹੈ, ਪਰ ਵੋ ਚੀਜ਼ ਸਹੀ ਨਹੀਂ ਹੈ। ਮੁਝੇ ਐਸਾ ਲਗਤਾ ਹੈ ਕਿ ਟਿਕਟੋਕ ਨਹੀਂ ਬਣਾਉਣਾ ਚਾਹੀਏ। ਪਹਿਲੇ ਵੀਡੀਓ ਡਾਲ ਦੇਤੇ ਹੈ, ਫਿਰ ਉਸਕੇ ਬਾਅਦ ਟਵਿੱਟਰ ਕਰਕੇ ਮਾਫ਼ੀ ਮੰਗਤੇ ਹੈ, ਕਿਆ ਕਹਿਣਾ?
तो इतना बचपना करे ही ना कि टिकटॉक बनानी पड़े और फिर बाद में माफियां मांगनी पड़े, वो ना करते हुए अगर हम उस चीज का पहले ही ध्यान रखें तो ज्यादा अच्छा रहेगा। हरमंदिर साहब की जो कमेटी है उन्होंने एक सलाह दी है कि जो फोन है वो बंद ही कर दे अंदर, क्या कहना चाहते हैं? अच्छी बात है अगर फोन बंद कर दिया जाता है, क्योंकि लोग को कितना भी मना कर लो, लोगों को वो बिना बंद किए भी वीडियो कॉल्स करते हैं, नॉर्मल कॉल्स पे ऑन रहते हैं, जबकि आप यहाँ दर्शन करने आए हैं, आप यहाँ अपना मनोरंजन की तरह नहीं आए हैं, तो इस चीज का खासा ख्याल रखना चाहिए। थैंक यू। आवाजी कम टीवी लिए अमृतसर तो ललित शर्मा की रिपोर्ट।